ਸਤਿ ਸ੍ਰੀ ਅਕਾਲ ਜੀ। ਅਜੀਤ ਐਪ ਟੀ ਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਸਿੰਘ ਅਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ 'ਤੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਾਂਗਰਸ ਨਾਲ ਗੱਠਜੋੜ ਬਾਰੇ ਪਾਰਟੀ ਹਾਈਕਮਾਨ ਲਵੇਗੀ ਅੰਤਿਮ ਫੈਸਲਾ, ਰਾਏ ਮੰਗਣ 'ਤੇ ਰੱਖਾਂਗੇ ਪੱਖ। ਕੈਨੇਡਾ ਤੋਂ ਵਾਪਸ ਭੇਜੇ ਆਮ ਵਿਧਾਇਕਾਂ ਨੇ ਕਿਹਾ ਨਹੀਂ ਕੀਤਾ ਗਿਆ ਡਿਪੋਰਟ। ਹੁਸ਼ਿਆਰਪੁਰ 'ਚ ਡਾਇਰੀਏ ਦਾ ਕਹਿਰ, 134 ਮਰੀਜ਼ ਸਿਵਲ ਹਸਪਤਾਲ 'ਚ ਦਾਖਲ, ਹੁਣ ਤੱਕ 3 ਦੀ ਮੌਤ। ਨਵਾਂਸ਼ਹਿਰ 'ਚ ਨਿੱਜੀ ਕੰਪਨੀ ਦੇ ਮੁਲਾਜ਼ਮ ਨੇ ਕਰਜ਼ਾ ਦਿਵਾਉਣ ਦੇ ਨਾਂ 'ਤੇ 5 ਪਿੰਡਾਂ ਦੇ ਲੋਕਾਂ ਨਾਲ ਮਾਰੀ ਠੱਗੀ। ਅਤੇ ਅਲਵਰ 'ਚ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰਨ ਦੇ ਮੁੱਦੇ 'ਤੇ ਰਾਹੁਲ ਦਾ ਵਾਰ, ਮੋਦੀ ਦੇ ਨਵੇਂ ਭਾਰਤ 'ਚ ਨਫ਼ਰਤ ਨੇ ਲਈ ਮਾਨਵਤਾ ਦੀ ਜਗ੍ਹਾ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕਾਂਗਰਸ ਨਾਲ ਆਪ ਦੇ ਗੱਠਜੋੜ ਦੀਆਂ ਅਟਕਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮਹਾਂ ਗੱਠਜੋੜ 'ਤੇ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਖਹਿਰਾ ਨੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਇਸ ਮੁੱਦੇ 'ਤੇ ਪੰਜਾਬ ਦੀ ਆਪ ਇਕਾਈ ਤੋਂ ਕੋਈ ਰਾਏ ਲਵੇਗੀ ਤਾਂ ਉਹ ਵਲੰਟੀਅਰ ਨਾਲ ਰਾਏ ਕਰਕੇ ਆਪਣਾ ਪੱਖ ਰੱਖਣਗੇ, ਜਦਕਿ ਅੰਤਿਮ ਫੈਸਲਾ ਪਾਰਟੀ ਹਾਈਕਮਾਨ ਦਾ ਹੋਵੇਗਾ। ਉਹਨਾਂ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ ਭਾਜਪਾ ਸਰਕਾਰ ਨੂੰ ਉਦਯੋਗਾਂ ਦੀ ਕੰਗਾਲੀ ਦਾ ਜ਼ਿੰਮੇਵਾਰ ਦੱਸਣ ਦੇ ਬਿਆਨ ਨਾਲ ਸਹਿਮਤੀ ਜਤਾਈ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਸੂਬੇ ਵਿੱਚ ਉਦਯੋਗਾਂ ਨੂੰ ਉੱਨਤ ਕਰਨ ਵਿੱਚ ਅਸਫਲ ਰਹੀ ਹੈ। ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਅਤੇ ਕਾਂਗਰਸ ਦੇ ਲੀਡਰਸ ਨੇ ਇਸ ਜਿਹੜਾ ਆਮ ਆਦਮੀ ਪਾਰਟੀ ਨੂੰ ਲੈ ਕੇ ਸਮਝੌਤਾ ਲੋਕ ਸਭਾ ਉਹਨੂੰ ਬਿਲਕੁਲ ਨਕਾਰਤਾ ਸੀ ਸਿਰੇ ਤੋਂ, ਪਰ ਮੇਰਾ ਖਿਆਲ ਹੈ ਕਿ ਕੱਲ੍ਹ ਰਾਹੁਲ ਗਾਂਧੀ ਹੋਣਾ ਤੋਂ ਉਹਨਾਂ ਨੂੰ ਆਦੇਸ਼ ਮਿਲੇ ਨੇ। ਔਰ ਮੈਂ ਸਮਝਦਾ ਕਿ ਜਿੱਥੋਂ ਤੱਕ ਤਾਂ ਦਿੱਲੀ ਦੀ ਗੱਲ ਹੈਗੀ ਆ, ਉਹ ਸਾਡੇ ਦਿੱਲੀ ਦੀ ਲੀਡਰਸ਼ਿਪ ਫੈਸਲਾ ਕਰੇਗੀ ਕਿ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਨਾਲ ਸਮਝੌਤਾ ਕਿਸ ਤਰ੍ਹਾਂ ਕਰਨਾ ਵਾ ਅਤੇ ਕਿੰਨੀਆਂ ਸੀਟਾਂ 'ਤੇ ਕਰਨਾ, ਕਰਨਾ ਕਿ ਨਹੀਂ ਕਰਨਾ। ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ, ਮੈਂ ਸਮਝਦਾ ਕਿ ਦਿੱਲੀ ਦੇ ਸਾਡੇ ਜਿਹੜੀ ਲੀਡਰਸ਼ਿਪ ਆ ਉਹ ਸਾਨੂੰ ਜ਼ਰੂਰ ਕੌਨਫੀਡੈਂਸ ਵਿੱਚ ਲੈਣਗੇ ਔਰ ਅਸੀਂ ਪੰਜਾਬ ਦੇ ਜਿਹੜਾ ਰੈਂਕ ਐਂਡ ਫਾਈਲ ਜਿਹੜਾ ਕੇਟਰ ਆ ਸਾਡਾ ਉਹਨਾਂ ਨਾਲ ਪੂਰਾ ਅੱਛੀ ਤਰ੍ਹਾਂ ਨਾਲ ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਰਾਏ ਲੈ ਕੇ ਅਸੀਂ ਆਪਣਾ ਪੱਖ ਜਿਹੜਾ ਵਾ ਆਪਣੀ ਪਾਰਟੀ ਦੇ ਮੂਹਰੇ ਰੱਖਾਂਗੇ ਕਿ ਕੀ ਆਇਆ ਇਹ ਸਮਝੌਤਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਜੋ ਸਾਡੇ ਵਾਲੰਟੀਅਰਸ ਵਰਕਰਸ ਕਹਿਣਗੇ ਅਸੀਂ ਆਪਣਾ ਪੱਖ ਉੱਥੇ ਰੱਖ ਦਾਂਗੇ। ਅਫਕੋਰਸ ਫਾਈਨਲ ਕਾਲ ਜਿਹੜੀ ਆ ਕਿਸੇ ਵੀ ਪਾਰਟੀ ਦੀ, ਉਹਨਾਂ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਆ ਉਹ ਕਾਲ ਲਵੇਗੀ, ਪਰ ਮੈਨੂੰ ਲੱਗਦਾ ਕਿ ਸਾਰਾ ਕੁਛ ਹਲੇ ਹਾਈਪੋਥੈਟੀਕਲ ਆ। ਹਲੇ ਜਿਸ ਵਕਤ ਇਹ ਸਹੀ ਸਮਾਂ ਹੋਵੇਗਾ ਉਸ ਵਕਤ ਸਾਡੀ ਪਾਰਟੀ ਇਸ ਗੱਲ ਦੇ ਉੱਤੇ ਕਾਲ ਲਵੇਗੀ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾ ਅਤੇ ਅਮਰਜੀਤ ਸਿੰਘ ਸੰਦੂਆ ਨੂੰ ਬੀਤੇ ਦਿਨ ਕੈਨੇਡਾ ਤੋਂ ਡਿਪੋਰਟ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਦਿੱਲੀ ਪਹੁੰਚਦਿਆਂ ਹੀ ਦੋਹਾਂ ਵਿਧਾਇਕਾਂ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਨਹੀਂ ਕੀਤਾ ਗਿਆ। ਵਿਧਾਇਕਾਂ ਮੁਤਾਬਕ ਕੈਨੇਡਾ ਦੇ ਅਧਿਕਾਰੀਆਂ ਨੂੰ ਉਹਨਾਂ ਤੋਂ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਸੀ, ਜਿਸ ਕਾਰਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਵੀਜ਼ਾ ਲੈਣ ਵੇਲੇ ਸਿਆਸੀ ਮੀਟਿੰਗਾਂ ਬਾਰੇ ਜ਼ਿਆਦਾ ਵੇਰਵੇ ਨਾ ਦਿੱਤੇ ਹੋਣ ਕਾਰਨ ਸਥਾਨਕ ਅਥਾਰਟੀਜ਼ ਨੂੰ ਇਤਰਾਜ਼ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਅਗਲੀ ਵਾਰ ਆਪਣੇ ਪ੍ਰੋਗਰਾਮ ਦੇ ਬਾਰੇ 'ਚ ਪਹਿਲਾਂ ਸੂਚਨਾ ਦੇ ਕੇ ਆਉਣ। ਹੁਸ਼ਿਆਰਪੁਰ ਸ਼ਹਿਰ ਵਿੱਚ ਡਾਇਰੀਏ ਦੇ ਪ੍ਰਕੋਪ ਦੇ ਚੱਲਦਿਆਂ ਪਿਛਲੇ 3 ਦਿਨਾਂ ਵਿੱਚ ਸਿਵਲ ਹਸਪਤਾਲ ਵਿੱਚ ਲਗਭਗ 134 ਮਰੀਜ਼ ਦਾਖਲ ਹੋਏ ਹਨ। ਇਸ ਦੌਰਾਨ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਤ ਹਸਪਤਾਲ ਵਿੱਚ ਹੋਈ, ਜਦਕਿ ਬਾਕੀ 2 ਦੀ ਮੌਤ ਮੁਹੱਲਾ ਸੁੰਦਰ ਨਗਰ ਅਤੇ ਕਮਾਲ ਵਿੱਚ ਹੋਈ ਹੈ। ਡਾਇਰੀਆ ਫੈਲਣ ਦਾ ਕਾਰਨ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੀਣ ਵਾਲੇ ਪਾਣੀ ਦੀ ਪਾਈਪ ਖਸਤਾ ਹਾਲ ਹੋਣ ਕਾਰਨ ਟੁੱਟ ਗਈ, ਜਿਸ ਦੇ ਚੱਲਦਿਆਂ ਸੀਵਰੇਜ ਦਾ ਗੰਦਾ ਪਾਣੀ ਸਾਫ਼ ਪਾਣੀ ਨਾਲ ਰਲ ਗਿਆ। ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧਨ ਦੀ ਗੱਲ ਕਹੀ ਜਾ ਰਹੀ ਹੈ। ਇੱਥੇ ਤਕਰੀਬਨ 125-130 ਦੇ ਕਰੀਬ ਮਰੀਜ਼ ਆ ਚੁੱਕੇ ਆ ਜੀ। ਕਿਹੜੀ ਬਿਮਾਰੀ ਹੈ ਜੀ? ਇਹ ਸਸਪੈਕਟਡ ਕੋਲਰਾ ਅਸੀਂ ਸਸਪੈਕਟ ਕਰ ਰਹੇ ਹਾਂ, ਕਿਉਂਕਿ ਸਾਡੇ ਸੈਂਪਲ 35 ਸੈਂਪਲਸ ਲਏ ਸੀਗੇ, ਉਹਦੇ ਵਿੱਚੋਂ 14 ਪੋਜ਼ਿਟਿਵ ਆਏ ਨੇ, ਇਸ ਕਰਕੇ ਕੋਲਰਾ ਸਸਪੈਕਟਡ ਹੈਗਾ। ਇਹ ਸੈਨੀਟੇਸ਼ਨ ਦੀ ਪ੍ਰੋਬਲਮ ਨਾਲ ਫੈਲੀ ਹੈਗੀ ਹੈ, ਇਲੀਗਲ ਵਾਟਰ ਕਨੈਕਸ਼ਨ ਸੀ ਲੋਕਾਂ ਨੇ ਜਿਹੜੇ ਲਿੱਤੇ ਹੋਏ ਪਾਣੀ ਦੀ, ਉਹਦੀ ਗਲਤੀ ਨਾਲ ਫੈਲੀ ਹੈ। ਇਹਦੇ ਵਾਸਤੇ ਕੀ ਇੰਤਜ਼ਾਮ ਕੀਤੇ ਗਏ ਨੇ? ਸਾਡੇ ਕੋਲ ਵਾਰਡ ਦੇ ਵਿੱਚ ਸਾਰਾ ਫੁੱਲ ਹਰ ਕਿਸਮ ਦਾ ਇੰਤਜ਼ਾਮ ਹੈਗਾ, ਪੂਰੇ ਡ੍ਰਿਪਸ ਦੀ, ਐਂਟੀਬਾਇਓਟਿਕਸ ਦੀ ਕੋਈ ਕਮੀ ਨਹੀਂ ਹੈ, ਸਾਰੇ ਪੇਸ਼ੈਂਟਸ ਨੂੰ ਫ੍ਰੀ ਟ੍ਰੀਟਮੈਂਟ ਦਿੱਤਾ ਜਾ ਰਿਹਾ, ਕੋਈ ਵੀ ਚੀਜ਼ ਨੋਟ ਈਵਨ ਅ ਸਿੰਗਲ ਪੈਨੀ ਚੀਜ਼ ਬਾਹਰੋਂ ਨਹੀਂ ਮੰਗਵਾਈ ਜਾ ਰਹੀ। ਨਵਾਂਸ਼ਹਿਰ ਵਿੱਚ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮ ਵੱਲੋਂ 5 ਤੋਂ 7 ਪਿੰਡਾਂ ਦੇ ਤਕਰੀਬਨ 100 ਵਿਅਕਤੀਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਲੋਕਾਂ ਦਾ ਕਹਿਣਾ ਹੈ ਕਿ ਸਤਵੀਰ ਨਾਂ ਦਾ ਵਿਅਕਤੀ ਜੋ ਕਿ ਫਰਾਰ ਹੈ ਵੱਲੋਂ ਉਹਨਾਂ ਨਾਲ ਠੱਗੀ ਮਾਰੀ ਗਈ ਹੈ। ਸਤਵੀਰ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਡੀ ਕੰਪਨੀ ਲੋੜਵੰਦ ਵਿਅਕਤੀਆਂ ਨੂੰ 1 ਲੱਖ ਰੁਪਏ ਦਾ ਕਰਜ਼ਾ ਦੇ ਰਹੀ ਹੈ ਅਤੇ ਉਸ ਲਈ ਉਹਨਾਂ ਨੂੰ ਫਾਈਲ ਫੀਸ ਵਜੋਂ 10,000 ਰੁਪਏ ਪਹਿਲਾਂ ਦੇਣੇ ਪੈਣਗੇ। ਲੋਕਾਂ ਮੁਤਾਬਕ ਉਹਨਾਂ ਦੇ ਪਿੰਡਾਂ ਦੇ ਕੁਝ ਵਿਅਕਤੀ ਮੁਲਜ਼ਮ ਨਾਲ ਕਮਿਸ਼ਨ ਬੇਸ 'ਤੇ ਕੰਮ ਕਰਦੇ ਸੀ। ਉਕਤ ਵਿਅਕਤੀਆਂ ਦਾ ਵੀ ਧੋਖਾਧੜੀ ਵਿੱਚ ਪੂਰਾ ਹੱਥ ਹੈ। ਜਦੋਂ ਇਸ ਸੰਬੰਧੀ ਕੰਪਨੀ ਦੇ ਨਵਾਂਸ਼ਹਿਰ ਸਥਿਤ ਦਫ਼ਤਰ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਤਵੀਰ ਸਾਡੇ ਕੋਲ ਕੰਮ ਕਰਦਾ ਸੀ ਪਰ
ਜੋ ਉਸਨੇ ਲੋਕਾਂ ਨਾਲ ਠੱਗੀ ਮਾਰੀ ਹੈ ਉਸ ਵਿੱਚ ਕੰਪਨੀ ਦਾ ਕੋਈ ਹੱਥ ਨਹੀਂ ਹੈ, ਸਗੋਂ ਕੰਪਨੀ ਵੱਲੋਂ ਖੁਦ ਉਸ ਦੇ ਖਿਲਾਫ਼ ਕਾਰਵਾਈ ਲਈ ਸ਼ਿਕਾਇਤ ਕੀਤੀ ਜਾ ਰਹੀ ਹੈ। ਜੋ ਇਹ ਲੋਕਾਂ ਨਾਲ ਠੱਗੀ ਮਾਰੀ ਗਈ ਹੈ ਉਸ ਬਾਰੇ ਉਹਨਾਂ ਨੂੰ ਉਕਤ ਵਿਅਕਤੀ ਦੇ ਫਰਾਰ ਹੋ ਜਾਣ ਤੋਂ ਬਾਅਦ ਹੀ ਪਤਾ ਲੱਗਿਆ ਹੈ। ਜਿਸ ਟਾਈਮ ਸਰ ਜੀ ਮੈਂ ਇੱਥੇ ਆਈ ਸੀ ਮੈਂ ਇਹਨਾਂ ਨੂੰ ਪੁੱਛਿਆ ਵੀ ਸਾਡੇ ਸਾਰੇ ਮੈਂਬਰ ਆਏ ਸੀ ਸਤਵੀਰ ਕਿੱਥੇ ਹੈ, ਇਹਨਾਂ ਨੇ ਕਿਹਾ ਸੀਗਾ ਸਤਵੀਰ ਆਪਣੇ ਕਮਰੇ ਵਿੱਚ ਹੈ, ਸੇਮ ਆਹ ਲੈਪਟੋਪ ਹੀ ਨਹੀਂ ਲੈ ਕੇ ਸਤਵੀਰ ਭਜਾ ਦਿੱਤਾ ਆ, ਕਿਉਂਕਿ ਜੇ ਸਤਵੀਰ ਇਹਨਾਂ ਦੀ ਕੰਪਨੀ ਦਾ ਫਰੋਡ ਕਰਕੇ ਗਿਆ ਹੁੰਦਾ ਇਹ ਝੂਠ ਬੋਲ ਲਿਆ ਕਿ ਸਾਡੀ ਕੰਪਨੀ ਨਾਲ ਫਰੋਡ ਕੀਤਾ ਆ, ਜੇ ਫਰੋਡ ਕੀਤਾ ਹੁੰਦਾ ਇਹਨੇ ਸਤਵੀਰ ਨੱਠਣ ਭੱਜਣ ਨਹੀਂ ਦੇਣਾ ਸੀਗਾ, ਇਹਨੇ ਸਤਵੀਰ ਕਿਉਂ ਭੱਜਣ ਦਿੱਤਾ ਆ, ਪ੍ਰਵੀਨ ਵੀ ਭੱਜ ਗਿਆ ਸੀਗਾ ਔਰ ਮਨਦੀਪ ਲੜਕਾ ਵੀ ਭੱਜ ਗਿਆ ਸੀਗਾ ਇਹਨਾਂ ਦੇ ਨਾਲ, ਇਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਪ੍ਰਵੀਨ ਲੜਕਾ ਆ ਉਹ ਵੀ ਭੱਜਿਆ ਹੋਇਆ ਪੀ ਐਮ ਸਰ ਜੀ, ਉਸ ਬੰਦੇ ਦਾ ਮੈਨੂੰ ਫੋਨ ਆਇਆ ਸੀਗਾ ਉਹ ਮੇਰੇ ਕੋਲੋਂ ਕਿਰਾਇਆ ਮੰਗ ਰਿਹਾ ਸੀਗਾ, ਮੈਂ ਉਸ ਬੰਦੇ ਨੂੰ ਫਰੋਡ ਵਿੱਚ ਕਿਰਾਇਆ ਦੇਣ ਦੇ ਲਾਲਚ ਵਿੱਚ ਉਹਨੂੰ ਚੰਡੀਗੜ੍ਹ ਚੌਂਕ ਪਾਰਕ ਹੈ ਉੱਥੇ ਬੁਲਾਇਆ, ਉੱਥੇ ਬੁਲਾ ਕੇ ਮੈਂ ਇਹਨਾਂ ਦੇ ਪੇਸ਼ ਬੰਦਾ ਮੂਹਰੇ ਕੀਤਾ ਆ। ਸਰ ਜੀ ਨਵੇਂ ਸ਼ਹਿਰ ਬੰਦਾ ਘੁੰਮਦਾ ਹੋਵੇ ਔਰ ਇਸ ਬ੍ਰਾਂਚ ਨੂੰ ਪਤਾ ਨਾ ਹੋਵੇ ਕਿ ਨਵੇਂ ਸ਼ਹਿਰ ਬੰਦਾ ਸਾਡਾ ਘੁੰਮ ਰਿਹਾ ਆ ਔਰ ਉਹ ਸ਼ਰੇਆਮ ਘੁੰਮ ਰਿਹਾ ਸੀ ਬੰਦਾ, ਉਹ ਬੀ ਐਮ ਇਹਨਾਂ ਦਾ ਜਿਹੜਾ ਬਣਿਆ ਹੋਇਆ ਸੀਗਾ, ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਸਾਡਾ ਬੰਦਾ ਉੱਥੇ ਘੁੰਮ ਰਿਹਾ ਹੈ, ਅੱਜ ਹਰਿਆਣਾ ਇਹਨਾਂ ਦਾ ਕੋਲ ਐਡਰੈਸ ਹੈਗਾ ਆ, ਇਹ ਜਾਣ ਬੁੱਝ ਕੇ ਬੰਦੇ ਨੂੰ ਹਾਜ਼ਰ ਨਹੀਂ ਕਰ ਰਿਹਾ। ਸਰ ਜੀ ਸਤਵੀਰ ਸਾਡੀ ਕੰਪਨੀ ਦੇ ਵਿੱਚ ਲਗਭਗ ਇੱਕ ਸਾਲ ਤੋਂ ਕੰਮ ਕਰਦਾ ਸੀਗਾ, ਆਪਾਂ ਗਰੁੱਪ ਲੋਨ ਦੇਤੇ ਹੈ, ਬਦੋ ਬਦ 30,000 ਤੱਕ ਹਮਾਰਾ ਲੋਨ ਚੱਲ ਰਿਹਾ ਹੈ, 15,000 ਸੇ 20,000 30,000, ਜੈਸੇ ਜੈਸੇ ਅੱਛੇ ਅੱਛੇ ਕਿਸ਼ਤ ਲੋਕ ਭਰਤੇ ਹੈ ਆਪਣੇ ਕੰਮ ਨੂੰ ਬੜਾਤੇ ਹੈ, ਹਮਾਰਾ ਬੇਸਿਕਲੀ ਜੋ ਕੰਮ ਹੋਤਾ ਹੈ ਐਗਜਿਸਟਿੰਗ ਬਿਜ਼ਨਸ ਕੋ ਗਰੋ ਕਰਨੇ ਕੇ ਲੀਏ, ਗਰੀਬ ਲੋਕੋ ਕੋ ਪੂਅਰ ਵੂਮੈਨਸ ਕੋ ਉਨਕੇ ਬਿਜ਼ਨਸ ਕੋ ਆਗੇ ਬੜਾਨੇ ਕੇ ਲੀਏ ਲੋਨ ਦੇਤੇ ਹੈ, ਜਿਸਮੇ ਬੈਂਗਲ ਵਰਕ ਹੋ ਸਕਤਾ ਹੈ, ਐਗ ਰੈਡੀ ਹੈ, ਕਿਰਾਨਾ ਸ਼ੋਪ ਹੈ, ਵੈਜੀਟੇਬਲ ਸ਼ੋਪ ਹੈ, ਜੋ ਛੋਟੇ ਛੋਟੇ ਕਾਮੋ ਕੋ ਆਗੇ ਬੜਾਨੇ ਕੇ ਲੀਏ ਲੋਨ ਦੇਤੇ ਹੈ, ਹਮਨੇ ਇਨਕੇ ਪਿੰਡ ਮੇਂ 20 ਸੇ 25 ਹਜ਼ਾਰ ਕਾ ਲੋਨ ਦਿਆ ਥਾ, ਹਮਾਰਾ ਲੋਨ ਬੜੀਆ ਚੱਲ ਰਿਹਾ ਥਾ, ਲੇਕਿਨ ਉਹ ਜੋ ਕੰਪਨੀ ਕਾ ਸਤਵੀਰ ਸਿੰਘ ਅਭੀ ਜੋ ਫਰਾਰ ਚੱਲ ਰਿਹਾ ਉਸ ਬੰਦੇ ਨੇ ਪਿੰਡ ਕੇ ਏਜੰਟੋ ਕੇ ਨਾਮ ਸੁਨੀਤਾ ਨਾਮ ਕੀ ਲੇਡੀਜ਼ ਕੇ ਸਾਥ ਔਰ ਇੱਕ ਦੋ ਪਿੰਡ ਕੇ ਔਰ ਬੰਦੋ ਕੇ ਸਾਥ ਮਿਲ ਕੇ ਕਮੀਸ਼ਨ ਕੇ ਤੌਰ ਪਰ ਉਹਨੇ ਪਿੰਡ ਸੇ ਫੋਰਮ ਭਰੇ ਸੀਗੇ ਕੰਪਨੀ ਕੇ ਨਾਮ ਪਰ ਕਿ ਹਮ ਆਪਕੋ 1-1 ਲੱਖ ਕਾ ਲੋਨ ਦੇਂਗੇ ਜਿਸਮੇ ਆਪਕੋ 10,000 ਰੁਪਏ ਦੇਣਾ ਪੜੇਗਾ ਔਰ ਵੋ ਬੰਦਾ ये कंपनी का इसमें कोई इन्वॉल्वमेंट नहीं है, वो कंपनी से 20 तारीख से मॉर्निंग से फरार चल रहा है, हम उसकी इन्वेस्टिगेशन कर रहे हैं, जैसे इन्होंने हमें कंप्लेंट दिया है और अभी तक वो फरार है, हम उसके घर पे भी ये जानकारी दे दी है, उसके घर तक भी पहुंच गए हैं, अभी वो बंदा नहीं मिला है, जैसे ही हमें जानकारी उस लड़के की मिलेगी हम आप तक उसको पहुँचाएंगे, कंपनी का इसमें कोई इन्वॉल्वमेंट नहीं है। राजस्थान के अलवर च गऊ रखकों वालों एक व्यक्ति की कुट कुट के हत्या करने के मामले ਸੁਪਰੀਮ ਕੋਰਟ 20 ਅਗਸਤ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਾਖਲ ਪਟੀਸ਼ਨ ਨੂੰ ਸੋਮਵਾਰ ਸਵੀਕਾਰ ਕਰ ਲਿਆ। ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਿਸ ਦੇ ਗੈਰ ਜ਼ਿੰਮੇਦਾਰ ਰਵੱਈਏ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਵਾਰਦਾਤ ਤੋਂ ਹਸਪਤਾਲ ਸਿਰਫ 6 ਕਿਲੋਮੀਟਰ ਦੂਰ ਸੀ, ਪਰ ਪੁਲਿਸ ਵੱਲੋਂ ਰਕਬਰ ਨੂੰ ਹਸਪਤਾਲ ਲਿਜਾਣ 'ਚ 3 ਘੰਟੇ ਕਿਵੇਂ ਲੱਗੇ। ਉਹਨਾਂ ਕਿਹਾ ਕਿ ਇਹ ਮੋਦੀ ਦਾ ਨਵਾਂ ਭਾਰਤ ਹੈ ਜਿੱਥੇ ਮਾਨਵਤਾ ਦੀ ਜਗ੍ਹਾ ਨਫ਼ਰਤ ਨੇ ਲੈ ਲਈ ਹੈ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ 'ਚ ਸ਼ਹੀਦ ਨਗਰ, ਗੁਰਦੁਆਰਾ ਸਾਹਿਬ, ਬੁੱਢਾ ਜੋਹੜ, ਗੰਗਾਨਗਰ, ਸਤਿਕਾਰ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ 'ਚ ਪੈਦਾ ਹੋਏ ਵਿਵਾਦ ਅਤੇ ਸਿੱਖ ਬੀਬੀਆਂ ਨੂੰ ਹੈਲਮੈਟ ਪਾਉਣ ਸੰਬੰਧੀ ਜਾਰੀ ਹੋਈ ਸਰਕਾਰੀ ਹੁਕਮਾਂ 'ਤੇ ਵਿਚਾਰ ਚਰਚਾ ਕੀਤੀ ਗਈ। ਸ਼ਹੀਦ ਨਗਰ, ਗੁਰਦੁਆਰਾ ਬੁੱਢਾ ਜੋਹੜ, ਜ਼ਿਲ੍ਹਾ ਗੰਗਾਨਗਰ ਦੇ ਕੇਸ ਨੂੰ ਵਿਚਾਰਿਆ ਗਿਆ ਜੋ ਕਾਫੀ ਗੁੰਝਲਦਾਰ ਹੈ, ਦੋਵੇਂ ਧਿਰਾਂ ਹੀ ਛੋਟੀ ਛੋਟੀ ਗਲਤੀ ਉਲਝੀਆਂ ਹੋਈਆਂ ਹਨ ਅਤੇ ਇਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਮਰਜ਼ੀ ਨਾਲ ਹੀ ਗੁਰਦੁਆਰਾ ਸਾਹਿਬ ਦਾ ਸੰਵਿਧਾਨ ਤਿਆਰ ਕੀਤਾ ਹੈ ਅਤੇ ਕਮੇਟੀਆਂ ਬਣਾਈਆਂ ਹਨ ਜਿਸ ਨਾਲ ਕਾਫੀ ਵਾਦ ਵਿਵਾਦ ਵਧਿਆ ਅਤੇ ਸੰਗਤਾਂ ਵਿੱਚ ਰੋਸ ਪਾਇਆ ਗਿਆ ਹੈ। ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਦੋਵੇਂ ਕਮੇਟੀਆਂ ਅਤੇ ਸੰਵਿਧਾਨ ਭੰਗ ਕਰਦਿਆਂ ਹੋਇਆਂ ਪ੍ਰਬੰਧ 9-ਮੈਂਬਰੀ ਕਮੇਟੀ ਨੂੰ ਸੌਂਪਿਆ ਜਾਂਦਾ ਹੈ ਜੋ ਪ੍ਰਬੰਧ ਸੰਭਾਲਣ ਦੇ ਨਾਲ ਨਾਲ ਕਾਨੂੰਨੀ ਮਾਹਰਾਂ ਦੀ ਰਾਏ ਲੈ ਕੇ ਨਵਾਂ ਸੰਵਿਧਾਨ ਤਿਆਰ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪ੍ਰਵਾਨਗੀ ਲਈ ਭੇਜਣ, ਪ੍ਰਵਾਨਗੀ ਉਪਰੰਤ ਹੀ ਅਗਲਾ ਪ੍ਰਬੰਧ ਚਲਾਇਆ ਜਾਵੇ। ਇਹ ਸਾਰਾ ਕਾਰਜ 6 ਮਹੀਨੇ ਦੇ ਅੰਦਰ ਅੰਦਰ ਸੰਪੂਰਨ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਿਪੋਰਟ ਭੇਜੀ ਜਾਵੇ। ਇਸ ਕਮੇਟੀ ਦੇ ਕੋਆਰਡੀਨੇਟਰ ਨਿਗਰਾਨ ਸਰਦਾਰ ਤਜਿੰਦਰ ਸਿੰਘ ਟਿੰਮਾ, ਸਰਦਾਰ ਅਜੀਤ ਸਿੰਘ ਲੱਖੀਆਂ ਹੋਣਗੇ। ਇਸ ਕਮੇਟੀ ਉਪਰ ਇਸ ਉਪਰੋਕਤ ਕਮੇਟੀ ਵਿੱਚ 2 ਮੈਂਬਰ ਰੋਜ਼ਾਨਾ ਗੁਰਦੁਆਰਾ ਸਾਹਿਬਾਨ ਵਿੱਚ ਹਾਜ਼ਰ ਰਹਿਣਗੇ। ਬੈਂਕ ਦਾ ਲੈਣ ਦੇਣ ਦੋਵਾਂ ਧਿਰਾਂ ਦੇ 2-2 ਮੈਂਬਰ ਦਸਖਤ ਕਰਕੇ ਕਰ ਸਕਦੇ ਹਨ।
ਕੈਪਟਨ ਸਰਕਾਰ ਵੱਲੋਂ ਅੱਜ ਕਿਸਾਨਾਂ ਲਈ ਬਿਜਲੀ ਸਬਸਿਡੀ ਦੇ ਬਕਾਏ ਦੀ ਅਦਾਇਗੀ ਤੋਂ ਇਲਾਵਾ ਖੇਤੀਬਾੜੀ ਤੇ ਹੋਰ ਸਹਾਇਕ ਗਤੀਵਿਧੀਆਂ ਦੀਆਂ ਬਾਕੀ ਅਦਾਇਗੀਆਂ ਦੇ ਨਿਪਟਾਰੇ ਲਈ 760 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਫੰਡਾਂ ਦੇ ਜਾਰੀ ਹੋਣ ਨਾਲ ਵੈਟ GST ਦੇ ਸਾਰੇ ਬਕਾਏ ਬਿੱਲਾਂ ਦਾ ਵੀ ਨਿਪਟਾਰਾ ਹੋ ਗਿਆ ਹੈ। ਉਨ੍ਹਾਂ ਅਨੁਸਾਰ 17 ਕਰੋੜ ਰੁਪਏ ਦੀ ਅਦਾਇਗੀ ਨਾਲ 20 ਜੁਲਾਈ 2018 ਤੱਕ ਦੇ ਵੈਟ GST ਰਿਫੰਡ ਭੁਗਤਾ ਦਿੱਤੇ ਗਏ ਹਨ। ਵਿੱਤ ਵਿਭਾਗ ਨੇ ਖੇਤੀ ਲਈ ਬਿਜਲੀ ਸਬਸਿਡੀ ਵਾਸਤੇ 400 ਕਰੋੜ ਰੁਪਏ ਪੰਜਾਬ ਰਾਜ ਬਿਜਲੀ ਨਿਗਮ ਲਿਮਿਟਡ ਨੂੰ ਜਾਰੀ ਕੀਤੇ ਹਨ। ਇਸੇ ਤਰ੍ਹਾਂ ਸਰਕਾਰ ਨੇ ਬਾਹਰੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਲਈ ਨਾਬਾਰਡ ਨੂੰ ਵੀ 7 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੱਤਿਆ ਦੀ ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕ ਦੀ ਭੈਣ ਘਰ ਵਿੱਚ ਝਾੜੂ ਲਗਾ ਰਹੀ ਸੀ ਤਾਂ ਉਸ ਜ਼ਮੀਨ ਵਿੱਚੋਂ ਬਦਬੂ ਆਈ ਅਤੇ ਘਰ ਵਿੱਚੋਂ ਖੂਨ ਨਾਲ ਲਥਪਥ ਕੱਪੜੇ ਬਰਾਮਦ ਕੀਤੇ ਗਏ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਘਰ ਦੇਰ ਆਉਣ ਨਾਲ ਰੋਕਦਾ ਸੀ, ਜਿਸ ਤੋਂ ਬਾਅਦ ਉਸ ਨੇ ਦੋਸਤ ਨਾਲ ਮਿਲ ਕੇ ਪਿਤਾ ਦੀ ਹੱਤਿਆ ਕਰ ਦਿੱਤੀ। ਪੁਲਿਸ ਵੱਲੋਂ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਦੇ ਕਾਰਨ ਇਹ ਦੱਸਿਆ ਕਿ ਵੀ ਉਹ ਆਪਦਾ ਪਿਤਾ ਸੀਗਾ ਜਿਹੜਾ ਉਹਨੂੰ ਲੇਟ ਆਉਣ 'ਤੇ ਅਕਸਰ ਵਰਜਦਾ ਸੀਗਾ। ਉਹਨੂੰ ਕਹਿੰਦਾ ਹੁੰਦਾ ਸੀਗਾ ਵੀ ਤੂੰ ਲੇਟ ਨਾ ਆਇਆ ਕਰ, ਤੂੰ ਟਾਈਮ ਨਾਲ ਘਰ ਆਇਆ ਕਰ। ਥੋੜ੍ਹਾ ਬਹੁਤ ਲੜਾਈ ਝਗੜਾ ਰਹਿੰਦਾ ਸੀਗਾ। ਉਹਨੇ ਇਸ ਗੱਲ ਦੇ ਗੁੱਸੇ 'ਚ ਆ ਕੇ ਉਹਨੂੰ ਖਾਣੇ ਦੇ ਵਿੱਚ ਪਹਿਲਾਂ ਦਾਲ ਦੇ ਵਿੱਚ ਨਸ਼ੀਲੀਆਂ ਗੋਲੀਆਂ ਪਾ ਕੇ ਬੇਹੋਸ਼ ਕਰ ਦਿੱਤਾ। ਫਿਰ ਆਪਣੇ ਦੋਸਤ ਨੂੰ ਘਰੇ ਬੁਲਾ ਕੇ ਉਹਦਾ ਮਰਡਰ ਕੀਤਾ। ਮਰਡਰ ਕਰਨ ਤੋਂ ਬਾਅਦ ਜਿਹੜੀ ਲਾਸ਼ ਹੈ ਉਹ ਉਹਨਾਂ ਨੇ ਟਰੰਕ ਦੇ ਵਿੱਚ ਪਾ ਦਿੱਤੀ। ਕਾਹਦੇ ਨਾਲ ਮਾਰਿਆ? ਕਾਹਦੇ ਨਾਲ? ਉਹ ਗੰਡਾਸਾ ਦੱਸਦੇ ਆ ਜੀ, ਬਾਕੀ ਹਜੇ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ। ਜੋ ਰਿਕਵਰੀ ਹੋਊਗੀ ਉਹ ਬਾਅਦ 'ਚ ਪਤਾ ਲੱਗੂਗਾ। ਅੱਛਾ, ਕੋਈ ਅਰੈਸਟ ਹੋਈ ਹੈ ਜੀ ਬੰਦਾ? ਉਹਨੇ ਲਿਆ ਕੇ ਆਪਦੇ ਭਤੀਜੇ ਨੂੰ ਪੇਸ਼ ਕਰਤਾ ਜੀ ਸਾਡੇ ਕੋਲ, ਅਤੇ ਉਹਦੀ ਅਸੀਂ ਫਾਰਮਲ ਜਿਹੜੀ ਜੋ ਵੀ ਕਾਰਵਾਈ ਉਹ ਕਰ ਰਹੇ ਹਾਂ। ਨਾਭਾ ਵਿਖੇ ਨਗਰ ਕੌਂਸਲ ਦੇ ਸੈਂਕੜੇ ਸਫਾਈ ਮੁਲਾਜ਼ਮਾਂ ਵੱਲੋਂ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਨਗਰ ਕੌਂਸਲ ਦੇ ਦਫ਼ਤਰ ਅੱਗੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਸਫਾਈ ਸੇਵਕਾਂ ਨੇ ਗੰਦਗੀ ਨਾਲ ਭਰੀਆਂ ਰੇਹੜੀਆਂ ਦਫ਼ਤਰ ਅੱਗੇ ਢੇਰੀ ਕਰ ਦਿੱਤੀਆਂ ਅਤੇ ਨਾਲ ਹੀ ਖਾਲੀ ਪਲੇਟਾਂ ਚਮਚੇ ਲੈ ਕੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਨੂੰ ਅੱਜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵੱਲੋਂ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਕਾਰਜਸਾਧਕ ਅਫਸਰ ਦਫ਼ਤਰ ਹੀ ਨਹੀਂ ਪਹੁੰਚਿਆ। ਇਸ ਮੌਕੇ 'ਤੇ ਕਲਾਸ 4th ਯੂਨੀਅਨ ਦੇ ਪ੍ਰਧਾਨ ਵੇਦ ਪ੍ਰਕਾਸ਼ ਕਾਲੀ ਨੇ ਕਿਹਾ ਕਿ ਸਫਾਈ ਮੁਲਾਜ਼ਮਾਂ ਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਇਸ ਦੇ ਨਾਲ ਹੀ ਉਹਨਾਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ। ਇੱਥੇ ਦਾ ਪ੍ਰਸ਼ਾਸਨ ਆ, EO ਸਾਹਿਬ ਨੇ ਇੱਕ ਸਾਰੇ ਪੰਜਾਬ ਦਾ ਇੱਕ ਮੰਨਿਆ ਹੋਇਆ ਡਿਫਾਲਟਰ EO ਆ ਜਿਹੜਾ ਨਾਭੇ ਦੇ ਅੰਦਰ ਲਾਇਆ। ਇਹਨੂੰ ਇਹ ਨਹੀਂ ਪਤਾ ਕਿ ਨਗਰ ਕੌਂਸਲ ਦੇ ਮੁਲਾਜ਼ਮ ਤੇਰੇ ਮੁਲਾਜ਼ਮ ਤੈਨੂੰ ਸਿਆਪਾ ਤੇਰਾ ਪਿੱਟ ਪਟਾਪਾ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਇਹਨੇ ਸੋਮਵਾਰ ਦੀ ਮੀਟਿੰਗ ਦਾ ਸਾਨੂੰ ਦਿੱਤਾ ਸਮਾਂ ਵੀ ਸੋਮਵਾਰ ਨੂੰ 11 ਵਜੇ ਤੁਸੀਂ ਆ ਜਾਓ। ਅੱਗੇ ਇਹ 8:30 ਵਜੇ ਆ ਕੇ ਦਫ਼ਤਰ 'ਚ ਬਹਿ ਜਾਂਦਾ, ਚਿਪਿਆ ਰਹਿੰਦਾ ਕੁਰਸੀ 'ਤੇ, ਚੁੰਮਕ ਮੰਗੋ 5 ਵਜੇ ਤੱਕ, 5:30 ਵਜੇ ਤੱਕ। ਅੱਜ ਇਹ ਹੁਣ ਤੱਕ ਨਹੀਂ ਆਇਆ। ਅਸੀਂ ਫੋਨ ਵੀ ਕਰੇ ਵੀ EO ਸਾਹਿਬ ਮੀਟਿੰਗ ਦਿੱਤੀ ਤੀ ਆ ਜਾਓ, ਕਿਉਂਕਿ ਇਹਨੂੰ ਤਾਂ ਦਰਦ ਹੀ ਨਹੀਂ ਹੈ। ਬੇਦਰਦ ਲੋਕ ਨੇ ਇਹ ਬੇਦਰਦ ਲੋਕ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਭੁੱਖ ਪਿਆਸ ਕੀ ਹੈ, ਗਰੀਬ ਕੀ ਕਰਦੇ ਨੇ। 4-4, 5-5 ਮਹੀਨਿਆਂ ਦੀਆਂ ਤਨਖਾਹਾਂ ਆ ਗਈਆਂ, ਇਹਨਾਂ ਨੇ ਆਪਣੀਆਂ ਤਨਖਾਹਾਂ ਵੀ ਲੈ ਗਏ, ਐਡਵਾਂਸ ਚੈੱਕ ਕੱਟ ਕੇ ਵੀ ਆਪਣੀਆਂ ਜੇਬਾਂ 'ਚ ਪਾ ਕੇ ਵੀ ਲੈ ਗਏ, ਲੁੱਟ ਖੁੱਟ ਪੂਰੀ ਕਰ ਰਹੇ ਨੇ। ਉਹ 2400 ਰੁਪਈਏ ਨੂੰ 4-4 ਮਹੀਨੇ ਹੋ ਗਏ, ਹੁਣ ਤੱਕ ਇਹਨਾਂ ਨੇ ਤਨਖਾਹ ਨਹੀਂ ਦਿੱਤੀ, ਆਪਣੇ 1,00,000 ਰੁਪਈਏ ਜੇਬ 'ਚ ਪਾ ਕੇ ਚਲੇ ਗਏ। ਮੈਂ ਤਾਂ ਬੇਨਤੀ ਕਰਦਾ, ਦੇਖੋ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ, ਨਾਭੇ ਦੇ ਕੈਬਨਿਟ ਮੰਤਰੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਸੰਘਰਸ਼ ਆ ਹੋਰ ਤੇਜ਼ ਹੋਊਗਾ। ਨਾਭੇ 'ਚ ਨਹੀਂ, ਪੂਰੇ ਪੰਜਾਬ 'ਚ ਅੱਗ ਬਲੂਗੀ। ਇਹ ਪੰਜਾਬ ਦੇ ਲੋਕ ਆਉਣਗੇ, ਪੰਜਾਬ ਦੇ ਲੋਕ ਇਸ ਧਰਤੀ 'ਤੇ ਇਸ ਮਾੜੇ ਲੋਕਾਂ ਨੂੰ ਧਰਨੇ ਵੀ ਲਾਵਾਂਗੇ ਅਤੇ ਇਹਨਾਂ ਦੇ ਮਜ਼ੇ ਘਰ ਘਰ ਵੀ ਘੇਰਾਂਗੇ। ਜੇ ਅਸੀਂ ਮੈਂ ਉਹਨਾਂ 'ਚ ਟਿੱਕੇ ਨਹੀਂ ਬੈਠਦਾ ਜਿੰਨਾ ਚਿਰ ਸਾਡੀ ਆ ਤਨਖਾਹ ਨਹੀਂ ਮਿਲਦੀ ਆ, DC ਰੇਟ ਨਹੀਂ ਮਿਲਦੇ, ਸੀਵਰ ਮੈਨਾਂ ਨੂੰ ਤਨਖਾਹ ਨਹੀਂ ਮਿਲੀ, 1 ਮਹੀਨੇ ਦੀ ਦੇ ਕੇ ਚੁੱਪ ਕਰਕੇ 2 ਮਹੀਨੇ ਦੀ ਫੇਰ ਡਿਊ ਰਹਿ ਗਈ।
गायक परमीश वर्मा ते गोली चलाउन दे मामले विच अदालत ने गैंगस्टर दिलप्रीत बाबा नू होर 7 दिन दे पुलिस रिमांड ते भेज दिता है। इस दे नाल ही पुलिस ने दिलप्रीत तो पुछगिछ लई उस दे एक साथी नू प्रोडक्शन वारंट ते लियाउन लई अदालत विच अर्जी दायर कीती है जो मंजूर हो गई है। नहीं, इसमें कुछ चीजें निकल के सामने आई है जो इसके कुछ हाई डाउट्स है और इसके जो मतलब एसोसिएट है कुछ चीज़ें है सामने। साथ हमने एक इस पर जो 38 की जो एक पिस्टल सी रिवॉल्वर थी जो खन्ना एक मर्डर केस में मतलब वो यूज हुई थी वो हमने रिकवर की है। सर, इसके अलावा और परमीश वर्मा पे आप इंक्वायरी कर रहे हैं, उसमें क्या निकल कर आया कुछ सामने? नहीं, फिलहाल उस पर इन्वेस्टिगेशन चल रही है, ऐसी कुछ मतलब कोई पुख्ता कोई चीज़ हमें जो अभी कुछ मतलब बता सके ऐसी कोई चीज़ सामने नहीं आई। बॉलीवुड की प्रसिद्ध अदाकारा दीपिका पादुकोण मौजूदा समय च अपनी कामयाबियों ते मान महसूस कर रही है। दीपिका ने फेसबुक ते लाइव हुंदे हुए जानकारी दी कि बहुत जल्द लंदन दे मैडम तुसाद वैक्स म्यूजियम विच उसका मोम का बुत लगन जा रहा है ते इस तो वो काफ़ी उत्साहित है। लंदन तो बाद दिल्ली दे मैडम तुसाद म्यूजियम च भी दीपिका का ठीक उस तरह का बुत लगाया जाएगा। दीपिका तो पहला लंदन दे मैडम तुसाद म्यूजियम में अमिताभ बच्चन, ऐश्वर्या राय, शाहरुख खान, सलमान खान, ऋतिक रोशन ते माधुरी दीक्षित दे मोम दे बुत लग चुके हैं। इस दे नाल ही अजीत खबरां दा अज दा बुलेटिन इत्थे ही खत्म हुंदा है। कल तुहाडी खिदमत दे विच ताज़ा तरीन खबरां दा एक होर बुलेटिन लैके फिर हाजिर होवांगे। तद तक दे लई तुसीं वेखदे रहो अजीत वैब टीवी।